ਪੰਜਾਬੀ اداکار ਹਿਮਾਂਸ਼ੀ ਖੁਰਾਨਾ ਹਮੇਸ਼ਾ ਆਪਣੇ ਕੰਮ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਪਰ ਇਹਨੇ ਦਿਨੀਓ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਚਰਚਾ ਵਿੱਚ ਹੈ ਹਿਮਾਂਸ਼ੀ ਟਵਿੱਟਰ ਤੇ ਪਾਈ ਪੋਸਟ ਨੂੰ ਲੈ ਕੇ ਚਰਚਾ ਵਿੱਚ ਹੈ ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਸਮੇਂ ਦੀ ਸਰਕਾਰਾਂ ਨੂੰ ਲੰਮੀ ਹੱਥੀ ਲਿਆ ਹਿਮਾਂਸ਼ੀ ਨੇ ਆਪਣੇ ਟਵਿੱਟਰ ਤੇ ਪੋਹੇ ਦੀ ਇੱਕ ਤਸਵੀਰ ਸ਼ੇਅਰ ਕੀਤੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਬਹੁਤ ਹੀ ਦਿਲਚਸਪ ਗੱਲ ਲਿਖੀ ਹੈ ਹਿਮਾਂਸ਼ੀ ਨੇ ਲਿਖਿਆ ਹੈ ਪੋਹਾ ਕੀ ਮੈਂ ਬੰਦਾ ਹੈ ਚੌਲਾਂ ਦਾ ਅਤੇ ਚੋਲ ਕਿੱਥੋਂ ਆਉਂਦੇ ਨੇ ਸ਼ਾਇਦ ਫੈਕਟਰੀ ਵਿੱਚ ਬੰਦੇ ਹਨ ਰੱਬ ਜਾਣੇ ਕੀ ਪਤਾ ਬਣ ਹੀ ਜਾਣ ਹਿਮਾਂਸ਼ੀ ਦੀ ਇਸ ਪੋਸਟ ਤੇ ਕਮੈਂਟ ਕਰਨ ਵਾਲਿਆਂ ਦਾ ਹੜ ਹੀ ਆ ਗਿਆ ਹਿਮਾਂਸ਼ੀ ਨੇ ਇਸ ਪੋਸਟ ਰਾਹੀਂ ਸੰਮਤੀ ਸਰਕਾਰ ਨੂੰ ਲੰਮੀ ਹਥੀਲੀਆ ਕਿਉਂਕਿ ਕਿਸਾਨ ਟਰਨੇ ਤੇ ਬੈਠੇ ਹਨ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਬਿਊਰੋ ਰਿਪੋਰਟ ਪੰਜਾਬ ਨਾਈਟ